ਅੱਜ ਇੱਕ ਗ੍ਰੈਜੂਏਟ ਸਟੂਡੈਂਟ 10ਵੀਂ ਪੜ੍ਹੇ ਬੰਦੇ ਨਾਲ ਵਿਆਹ ਕਿਉਂ ਕਰੂਗਾ ਪਰ ਪੰਜਾਬ ਦੇ ਵਿੱਚ ਰਿਵਾਜ ਹੈ ਪਰ ਕੁਝ ਕੁ ਯੂਨੀਵਰਸਿਟੀ 55 ਪਰਸੈਂਟੇਜ ਨਾਲ ਵੀ ਐਡਮਿਸ਼ਨ ਦਿੰਦੀਆਂ ਨੇ ਸੋ ਅਗਰ ਮਿਨਿਮ ਰਿਕੁਆਇਰਮੈਂਟ ਦੀ ਗੱਲ ਕਰਾਂ ਤਾਂ ਅਕੈਡੈਮਿਕ ਰਿਕੁਆਇਰਮੈਂਟ ਸ਼ੁੱਡ ਬੀ ਨਾਟ ਲੈਸ ਦੈਨ ਤੋਂ ਪੜ੍ਹਾਈ ਤੋਂ ਬਾਅਦ ਹਮ 2 4 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਆਊਟ ਲੈ ਜਾ ਸਕਦਾ ਅਗਰ ਇਹਨਾਂ ਚੋਂ ਕੋਈ ਇੱਕ ਚੀਜ਼ ਘਟਤਾ ਤਾਂ 19 ਪਰਸੈਂਟੇਜ ਦੇ ਵੀਜ਼ੇ ਸਕਸੈਸ ਰੇਟ ਦੀ ਘਟੌਣੀ ਸ਼ੁਰੂ ਕਰ ਦਿਓ ਫੰਡ ਕਿੰਨੇ ਚਾਹੀਦੇ ਸਾਹਿਕਲ ਦੋਸਤੋ ਮੈਂ ਤੁਹਾਡਾ ਆਪਣਾ ਸੁਖਚੈਨ ਰਾਹੀ ਅੱਜ ਗੱਲ ਕਰਾਂਗੇ ਆਸਟ੍ਰੇਲੀਆ ਦੀ ਪ੍ਰੋਫਾਈਲ ਨੂੰ ਲੈ ਕੇ ਜਿਹੜੇ ਸਟੂਡੈਂਟ ਗ੍ਰੈਜੂਏਟ ਨੇ ਪੋਸਟ ਗ੍ਰੈਜੂਏਸ਼ਨ ਕਰਨ ਮਾਸਟਰ ਕਰਨ ਜਾਣਾ ਚਾਹੁੰਦੇ ਨੇ ਜਾਂ ਫਿਰ ਆਪਦੇ ਸਪਾਊਸ ਆਪਦੇ ਬੱਚੇ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਨੇ ਕਿਉਂਕਿ ਪਿਛਲੀ ਇੱਕ ਵੀਡੀਓ ਕੀਤੀ ਸੀ ਜਿੱਚ ਪਲੱਸ 2 ਵਾਲੀਆਂ ਪ੍ਰੋਫਾਈਲ ਡਿਸਕਸ ਕੀਤੀ ਗਈਆਂ ਆਈਐਲਟਸ ਦੇ ਬੈਂਡ ਦੇ ਹਿਸਾਬ ਨਾਲ ਐਲੀਜੀਬਿਲਟੀ ਕ੍ਰਾਈਟੇਰੀਆ ਦੇ ਹਿਸਾਬ ਨਾਲ ਅਕੈਡੈਮਿਕ ਸਕੋਰ ਦੇ ਹਿਸਾਬ ਨਾਲ ਔਰ ਪਾਸਿੰਗ ਈਅਰ ਦੇ ਹਿਸਾਬ ਨਾਲ ਬੜੇ ਇੰਪੋਰਟੈਂਟ ਅਸੀਂ ਮੁੱਦੇ ਛੁਏ ਸੀਗੇ ਗ੍ਰੈਜੂਏਟ ਸਟੂਡੈਂਟ ਜਿਹੜੇ ਕਰਨ ਜਾਣਾ ਚਾਹੁੰਦੇ ਨੇ ਸ਼ੇਰੀਆ ਚ ਜਿਹੜੇ ਇੰਡੀਆ ਚ 12ਵੀਂ ਪਾਸ ਨੇ ਜੇ ਉਹ ਵੀਡੀਓ ਹਾਲ ਤੱਕ ਨਹੀਂ ਵੇਖੀ ਤਾਂ ਪਲੀਜ਼ ਇਸ ਡਿਸਕ੍ਰਿਪਸ਼ਨ ਥਲੇ ਤੁਸੀਂ ਉਹ ਜਾ ਕੇ ਸਾਡੀ ਪਿਛਲੀ ਵੀਡੀਓ ਜੂਰ ਦੇਖ ਸਕਦੇ ਹੋ ਤਾਂ ਕਿ ਜਿਹੜੇ 12ਵੀਂ ਪਾਸ ਸਟੂਡੈਂਟ ਹੈ ਉਹ ਆਪਣੇ ਪ੍ਰੋਫਾਈਲ ਨੂੰ ਸਹੀ ਅਸੈਸਮੈਂਟ ਕਰ ਸਕਣ ਕੀ ਮੈਂ ਸ਼ੀਡ ਐਲੀਜੀਬਲ ਹਾਂ ਜਾਂ ਨਹੀਂ ਉਮੀਦਵਾਰ ਦਾ ਅੱਜ ਦੀ ਵੀਡੀਓ ਪਸੰਦ ਆਏਗੀ ਅੰਤ ਤੱਕ ਜ਼ੂਰ ਵੇਖਿਓ ਅਗਰ ਗ੍ਰੈਜੂਏਸ਼ਨ ਕੀਤੀ ਹੈ ਮਾਸਟਰਸ ਕਰਨ ਜਾਣਾ ਸਪਾਊਸ ਨਾਲ ਲੈ ਕੇ ਜਾਣਾ ਤਾਂ ਸਾਡਾ ਚੈਨਲ ਸਬਸਕ੍ਰਾਈਬ ਜ਼ੂਰ ਕਰ ਲਿਓ ਤਾਂ ਕਿ ਹਰੇਕ ਨਵੇਕਲੀ ਵੱਡਮੁੱਲੀ ਜਾਣਕਾਰੀ ਤੁਹਾਡੇ ਔਰ ਬੈਲ ਵਾਲੇ ਬਟਨ ਨੂੰ ਤੁਸੀਂ ਕਲਿੱਕ ਔਨ ਕਰ ਲਿਓ ਤਾਂ ਕਿ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਇਸ ਵੱਡਮੁੱਲੀ ਜਾਣ ਕੇ ਦੀ ਤੁਸੀਂ ਹਿੱਸੇਦਾਰ ਬਣ ਕੇ ਸਹੀ ਉਹ ਗਲਤ ਦੀ ਪਛਾਣ ਕਰਨਾ ਸਿੱਖ ਸਕੋ ਸੋ ਸ਼ੁਰੂਆਤ ਕਰਦੇ ਹਾਂ ਸਮੇਂ ਦੀ ਖਰਾਬੀ ਨਹੀਂ ਕਰਦੇ ਕਿਉਂਕਿ ਬਹੁਤ ਘੱਟ ਸਮਾਂ ਹੁੰਦਾ ਸਾਨੂੰ ਵੀ 5-7 ਮਿੰਟ ਚ ਪੂਰੀ ਗੱਲ ਕਲੀਅਰ ਕਰਨੀ ਹੁੰਦੀ ਹੈ ਤਾਂ ਕਿ ਬੱਚਾ ਥੋੜੇ ਸਮੇਂ ਚ ਆਪਣੇ ਆਪ ਨੂੰ ਬਹੁਤ ਐਜੂਕੇਟ ਕਰ ਸਕੇ ਸੋ ਅੱਜ ਗੱਲ ਕਰਾਂਗੇ ਸਟੂਡੈਂਟ ਜਿਹੜਾ ਗ੍ਰੈਜੂਏਟ ਹੈ ਤੁਸੀਂ ਬੀਏ ਕੀਤੀ ਹੈ, ਬੀਕਾਮ ਕੀਤੀ ਹੈ, ਬੀਬੀਏ, ਬੀਸੀਏ ਬੀ ਤੱਕ ਕੋਈ ਵੀ ਗ੍ਰੈਜੂਏਸ਼ਨ ਡਿਗਰੀ ਇੰਡੀਆ ਚ ਪਾਸ ਕੀਤੀ ਹੈ, 3 ਸਾਲ ਦੀ ਚਾਹੇ 4 ਸਾਲ ਵੜੀ। ਤੁਸੀਂ ਫਰਦਰ ਆਸਟ੍ਰੇਲੀਆ ਚ ਪੜਨ ਜਾਣਾ ਚਾਹੁੰਦੇ ਹੋ ਔਰ ਆਸਟ੍ਰੇਲੀਆ ਤੁਹਾਨੂੰ ਮੌਕਾ ਦਿੰਦਾ ਹੈ ਆਪ ਦੇ ਸਪਾਊਸ, ਆਪ ਦੇ ਵਿਆਹ ਹੋਏ ਜੋੜੇ ਨੂੰ ਨਾਲ ਲੈ ਕੇ ਜਾਣ ਦਾ। ਇਹਦੇ ਨਾਲ ਦੀ ਨਾਲ ਤੁਹਾਡੇ ਜਿਹੜੇ ਛੋਟੇ ਬੱਚੇ ਨੇ ਚਾਹੇ ਉਹ 2 ਸਾਲ ਦੇ ਨੇ, ਚਾਹੇ 4 ਸਾਲ ਦੇ ਨੇ, ਚਾਹੇ 10 ਸਾਲ ਦੇ ਨੇ, ਉਹ ਵੀ ਨਾਲ ਜਾ ਸਕਦੇ ਨੇ। ਸਿਰਫ ਫਰਕ ਕੀ ਹੈ ਯੂਨੀਵਰਸਿਟੀ ਨੂੰ ਇਸ ਚੀਜ਼ ਨੂੰ ਤੁਸੀਂ ਵਿਸ਼ਵਾਸ ਦਿਵਾਉਣਾ ਹੈ ਕਿ ਮੇਰੀ ਪੜ੍ਹਾਈ ਨੂੰ ਮੇਰੇ ਪਰਿਵਾਰ ਦੇ ਨਾਲ ਕੋਈ ਫਰਕ ਨਹੀਂ ਪਏਗਾ ਮੇਰੀ ਪੜ੍ਹਾਈ ਇਫੈਕਟ ਨਹੀਂ ਹੋਏਗੀ ਮੇਰੀ ਮੈਰਿਡ ਲਾਈਫ ਕਰਕੇ ਜਾਂ ਮੇਰੇ ਬੱਚਾ ਕਰਕੇ ਹੁਣ ਆਮ ਤੌਰ ਤੇ ਸੁਣਨ ਤੇ ਦੇਖਣ ਚ ਆਉਂਦਾ ਹੈ ਯੂਨੀਵਰਸਿਟੀਆਂ ਮੰਗਦੀਆਂ ਨੇ 1 ਸਾਲ ਪੁਰਾਣਾ ਵਿਆਹ ਯੂਨੀਵਰਸਿਟੀਆਂ ਮੰਗਦੀਆਂ ਨੇ ਗ੍ਰੈਜੂਏਟ ਹੋਵੇ ਸਪਾਊਸ ਵੀ ਅਗਰ ਸਟੂਡੈਂਟ ਗ੍ਰੈਜੂਏਸ਼ਨ ਕਰਕੇ ਚੱਲਿਆ ਤਾਂ ਬਟ ਇਹ ਕਿਤੇ ਹਾਈ ਕਮਿਸ਼ਨ ਦੀ ਮਰਜ਼ੀ ਨਿਗੀ ਕਿਸੇ ਵੀ ਆਸਟ੍ਰੇਲੀਆ ਐਮਬੈਸੀ ਦੇ ਕਾਨੂੰਨ ਦੀ ਕਿਤਾਬ 'ਚ ਲਿਖਿਆ ਕਿ ਸਟੂਡੈਂਟ ਦੇ ਨਾਲ ਉਹਦਾ ਸਪਾਊਸ ਵੀ ਪ੍ਰੋਪਰ ਦਾ ਪੜਿਆ ਹੋਵੇ ਜਾਂ ਵਿਆਹ ਤੁਹਾਡਾ 2003 ਸਾਲ ਪੁਰਾਣਾ ਹੋਵੇ। ਹਾਂ 2004 ਤੋਂ ਲੈ ਕੇ 2009 ਤੱਕ ਜਿਹੜੇ ਫੇਕ ਮੈਰਿਜਸ ਕੰਟਰੈਕਟ ਮੈਰਿਜਸ ਆਸਟ੍ਰੇਲੀਆ 'ਚ ਪਹੁੰਚੇ ਕੇਸ ਜਦੋਂ ਜਾ ਕੇ ਉੜਕੇ ਸਾਲ ਬਾਅਦ ਡਾਈਵੋਰਸ ਹੋਏ ਉਦੋਂ ਐਮਬੈਸੀ ਨੂੰ ਉਦੋਂ ਯੂਨੀਵਰਸਿਟੀਆਂ ਨੂੰ ਉਦੋਂ ਆਸਟ੍ਰੇਲੀਆ ਨੂੰ ਪਤਾ ਲੱਗਾ ਕਿ ਪੰਜਾਬ ਦੇ ਵਿੱਚ ਜੁਗਾੜ ਲਾ ਕੇ ਕੰਟਰੈਕਟ ਮੈਰਿਜ ਕੀਤੀ ਜਾਂਦੀ ਹੈ ਔਰ ਕੁੜੀ ਦੇ ਮੋਢੇ 'ਤੇ ਰੱਖ ਕੇ ਬੰਦੂਕ ਚੁਲਾਈ ਜਾਂਦੀ ਹੈ। ਉੜੀ ਕੋਲ ਪੈਸਾ ਨਹੀਂ ਹੈ ਬਟ ਉਹਦੇ ਕੋਲ ਆਈਲਸ اور ਐਜੂਕੇਸ਼ਨ ਹੈ ਮੁੰਡੇ ਕੋਲ ਆਈਲਸ ਐਜੂਕੇਸ਼ਨ ਨਹੀਂ ਉਹਦੇ ਕੋਲ ਪੈਸਾ ਹੈ ਸੋ ਦੋਵੇਂ ਇੱਕ ਦੂਜੇ ਨੂੰ ਮਿਸਯੂਜ਼ ਕਰਦੇ ਜੇ ਦੋਨੇ ਇੱਕ ਦੂਜੇ ਨੂੰ ਯੂਜ਼ ਕਰਕੇ ਆਪਣੇ ਮਤਲਬ ਹੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਉਦੋਂ ਫਿਰ ਸਰਕਾਰਾਂ ਨੇ ਥੋੜੀ ਜਿਹੀ 스ਪਾਊਸ ਕੇਸ ਦੇ ਨਕੇਲ ਕਸੀ ਸੋ ਅੱਜ ਜੇ ਅਸੀਂ ਗੱਲ ਕਰ ਰਹੇ ਹਾਂ ਗ੍ਰੈਜੂਏਟ ਸਟੂਡੈਂਟ ਜੋ 스ਪਾਊਸ ਨਾਲ ਲੈ ਕੇ ਜਾਣਾ ਚਾਹੁੰਦਾ ਆਮ 12ਵੀਂ ਮਹੀਨੇ ਦੀ ਗੱਲ ਕੀਤੀ ਸੀ ਇੱਕ ਅਕਾਡਮੀ ਇਅਰ ਤੋਂ ਜ਼ਿਆਦਾ ਗੈਪ ਅਸੈਪਟ ਨਹੀਂ ਕਰਦੀ ਯੂਨੀਵਰਸਿਟੀ ਪਰ ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਤਾਂ 2017 ਜਾਂ ਇਸ ਤੋਂ ਬਾਅਦ ਦਾ ਕੋਈ ਵੀ ਗੈਪ ਜਸਟੀਫਿਕੇਸ਼ਨ ਦੇ ਨਾਲ ਹੁਣ ਡਿਪੈਂਡ ਕਰਦਾ ਜਿਹੜੀ ਅਸੈਸਮੈਂਟ ਲੈਵਲ 1 ਦੀ ਯੂਨੀਵਰਸਿਟੀ ਹੈ ਉਹ ਤਾਂ ਲੈਂਦੀ ਹੈ 2019 ਜਾਂ ਇਸ ਤੋਂ ਬਾਅਦ ਪੜਿਆ ਉਹਦੇ ਵੀ ਜੋਬ ਦੇ ਅਪਰੂਵ ਦੇ ਨਾਲ ਜਿਹੜੀ ਥੋੜੀ ਜੀ ਰੀਜਨਲ ਏਰੀਆ ਚ ਯੂਨੀਵਰਸਿਟੀ ਆ ਪਾਰਥ ਜਾਂ ਡਾਰਵਿਨ ਚ ਆ ਉਹ ਕਹਿੰਦੀ ਕੋਈ ਗੱਲ ਨਹੀਂ ਜੀ 5 ਸਾਲ ਦਾ ਗੈਪ ਵੀ ਸੈਪਟੇਬਲ ਆ ਪਰ ਜੋਬ ਦੇ ਅਪਰੂਵ ਹੋਣੀ ਚਾਹੀਦੇ ਆ ਅਸੀਂ ਰੀਸੈਂਟਲੀ ਇੱਕ ਜੀਟੀ ਕਲੀਅਰ ਕੀਤਾ ਸਟੂਡੈਂਟ ਆ 2014 ਪਾਸ ਆਊਟ ਸਟੂਡੈਂਟ ਸੀ ਬੱਚੇ ਦੇ 7 ਬੈਂਡ ਸੀਗੇ ਈਚ ਬੱਚੇ ਨੇ बीएड ਕੀਤੀ ਸੀ ਟੀਚਰ ਦਾ ਐਕਸਪੀਰੀਅੰਸ ਹੈਗਾ ਅੱਗੇ ਮਾਸਟਰ ਆਫ ਉਹਨੂੰ ਪ੍ਰੋਫੈਸ਼ਨਲ ਟੀਚਿੰਗ ਦੇ ਕੋਰਸ ਵਿੱਚ ਪਾਇਆ ਗਿਆ ਬੱਚੇ ਦੀ ਜੀਟੀ ਕਲੀਅਰ ਹੋ ਗਈ ਕਿਉਂਕਿ ਉਹਦੀ ਸੈਲਰੀ ਸਕੂਲ ਦੀ ਇਸ ਤਰ੍ਹਾਂ ਦੀ ਸਾਰੀ ਅਕਾਊਂਟ ਚ ਆ ਰਹੀ ਸੀ ਸੋ ਅਗਰ ਤੁਸੀਂ ਵੀ ਗ੍ਰੈਜੂਏਸ਼ਨ 2014 ਜਾਂ 2015 ਚ ਕੀਤੀ ਹੈ ਫਰਦਰ ਐਜੂਕੇਸ਼ਨ ਲਈ ਪੜਨ ਜਾ ਰਹੇ ਹੋ ਤੁਹਾਡੀ ਜੋਬ ਦੇ ਤੜਕੋੜ ਰੈਲੇਵੈਂਟ ਪ੍ਰੂਫ ਹੋਣੇ ਚਾਹੀਦੇ ਨੇ ਸੈਲਰੀ ਅਕਾਊਂਟ ਚ ਹੋਣੀ ਚਾਹੀਦੀ ਹੈ ਬਟ ਜੇ ਤੁਸੀਂ ਬੀਏ ਬੀਕੋਮ ਬੀਬੀਏ ਕੀਤੀ ਹੈ ਫਰਦਰ ਐਮਪੀਏ ਲਈ ਪੜਨ ਜਾਣਾ ਹੈ ਤੁਹਾਡੀ ਗ੍ਰੈਜੂਏਸ਼ਨ 2017-18 ਚ ਵੀ ਪਾਸ ਆਊਟ ਹੈ ਤੁਹਾਡੀ ਸੈਲਰੀ ਅਕਾਊਂਟ ਚ ਨਹੀਂ ਵੀ ਹੈਗੀ ਤੁਹਾਡੇ ਕੋਲ ਜੌਬ ਦੇ ਕੋਈ ਰੈਲੇਵੈਂਟ ਪ੍ਰੂਫ ਹੋ ਸਕਦੇ ਨੇ ਜਿਵੇਂ ਅਪੋਇੰਟਮੈਂਟ ਲੈਟਰ ਤੁਹਾਡੀ ਡੇਲੀ ਬੇਸ ਤੇ ਜੋ ਅਟੈਂਡੈਂਸ ਲੱਗਦੀ ਹੈ ਉਹਦੇ ਪ੍ਰੂਫ ਤੁਹਾਡਾ ਐਕਸਪੀਰੀਅੰਸ ਲੈਟਰ ਜੇ ਤੁਹਾਨੂੰ ਸੈਲਰੀ ਅਕਾਊਂਟ ਚ ਨਹੀਂ ਮਿਲ ਰਹੀ ਕੈਸ਼ ਮਿਲ ਰਹੀ ਹੈ ਤੁਸੀਂ ਉਹਦੇ ਵਾਊਚਰਸ ਜਿਹੜੇ ਸੈਲਰੀ ਦੇ ਉਹ ਪੇਸ਼ ਕਰ ਸਕਦੇ ਹੋ ਤੁਹਾਡੀ ਸਾਲ ਬਾਅਦ ਕੋਈ ਇਨਕਰੀਮੈਂਟ ਲੱਗਦੀ ਹੈ ਉਹਦੇ ਪ੍ਰੂਫ ਦੇ ਸਕਦੇ ਹੋ ਕੋਈ ਪ੍ਰਮੋਸ਼ਨ ਤੁਹਾਨੂੰ ਮਿਲੀ ਉਹਦੇ ਪ੍ਰੂਫ ਦੇ ਸਕਦੇ ਹੋ ਤੁਹਾਡੇ ਸਾਲ ਚੋਂ ਉੱਥੇ ਕੋਈ ਫੰਕਸ਼ਨ ਹੋਇਆ ਉਸ ਆਫਿਸ ਉਸ ادارے ਦੇ ਵਿੱਚ ਉਹਦੀ ਗੈੱਟ ਟੂਗੇਦਰ ਦੇ ਕੋਈ ਪ੍ਰੂਫ ਦੇ ਸਕਦੇ ਹੋ ਜਾਂ ਕੋਈ ਵੀ ਦਫ਼ਤਰ 'ਚ ਜੌਬ ਕਰਨ ਦੇ ਤੁਹਾਡੇ ਕੋਲ ਪ੍ਰੂਫ ਨੇ ਐਕਸਪੀਰੀਅੰਸ ਲੈਟਰ ਤੋਂ ਇਲਾਵਾ ਉਹ ਨਾਲ ਲਗਾ ਕੇ ਯੂਨੀਵਰਸਿਟੀ ਦਾ ਜੀਟੀ ਕਲੀਅਰ ਕੀਤਾ ਜਾ ਸਕਦਾ ਮੇਥੇ ਦੱਸ ਦੇਣਾ ਚਾਹੁੰਦਾ ਅਗਰ ਤੁਸੀਂ ਮੈਰੀਜ ਤੁਹਾਡੀ ਪੁਰਾਣੀ ਨਹੀਂ ਵੀ ਹੈ ਤਾਂ ਇਦਾਂ ਦੀਆਂ ਕਈ ਯੂਨੀਵਰਸਿਟੀਆਂ ਨੇ ਉਹ ਤੁਹਾਡੇ ਕੇਵਲ ਰਿਸ਼ਤੇ ਦੀ ਜੈਨੂਨੈਸ ਦੇ ਬਿਹਾਫ ਤੇ ਤੁਹਾਡੀ ਮੈਰਿਜ ਦੀ ਡੇਟ ਨੂੰ ਦੇਖੇ ਬਿਨਾ ਵੀ ਐਡਮਿਸ਼ਨ ਦੇਣ ਨੂੰ ਤਿਆਰ ਮੈਂ ਇੱਕ ਐਗਜ਼ਾਮਪਲ ਦੇ ਕੇ ਸਮਝਾਉਣਾ ਇੱਕ ਕੇਸ ਕਲੀਅਰ ਕੀਤਾ ਸੀ ਕੋਵਿਡ ਦੇ ਵਿੱਚ ਵਿਆਹ ਨੂੰ ਸਿਰਫ 4 ਕੁ ਮਹੀਨੇ ਹੋਏ ਸੀ ਬਟ ਉਹ ਲੜਕੇ ਲੜਕੀ ਦਾ ਆਲਰੇਡੀ ਰਿਲੇਸ਼ਨਸ਼ਿਪ ਤਕਰੀਬਨ 4 ਸਾਲ ਤੋਂ ਚੱਲ ਰਿਹਾ ਸੀ ਯਾਨੀ ਕਿ ਲਵ ਕਮ ਅਰੇਂਜ ਮੈਰੀ ਸੀ ਸੋ ਉਹ ਲੜਕੇ ਲੜਕੀ ਦੀ ਪ੍ਰੋਪਰ ਜਿਹੜੀ ਪ੍ਰੋਪਰ ਪੁਰਾਣੀ ਜਿਹੜੀ ਚੈਟ ਹਿਸਟਰੀ ਲਵ ਯੂ ਮਿਸ ਯੂ ਬੇਬੀ ਉਹ ਸਾਰੀ ਚੈਟ ਦੀ ਪਾ ਡਿਟੇਲ ਨਾਲ ਲਗਾਤੀ ਕੇ ਬੱਚੇ ਹੋੜੀ ਰਿਲੇਸ਼ਨਸ਼ਿਪ ਸੀਗੇ ਨਹੀਂ ਮੈਰਿਜ ਕਰਾਈ ਹੁਣ ਘਰ ਦੇ ਮੰਨੇ ਨੇ ਲਵ ਕਮ ਅਰੇਂਜ ਮੈਰਿਜ ਆ ਘਰ ਦੇ ਮੰਨ ਚੁੱਕੇ ਨੇ ਹੁਣ ਵਿਆਹ ਹੋ ਗਿਆ ਵਿਆਹ ਹੋਏ ਨੂੰ ਬੇਸ਼ੱਕ 4 ਮਹੀਨੇ ਹੋਇਆ ਬਟ ਦੇ ਵਰ ਇਨ ਟੂ ਰਿਲੇਸ਼ਨਸ਼ਿਪ ਫਰਮ ਲਾਸਟ 4 ইয়ারਸ ਉਹਦੇ ਪ੍ਰੂਫ ਦੇ ਬਿਨਾ ਤੇ ਯੂਨੀਵਰਸਿਟੀ ਨੇ ਜੀਟੀ ਕਰੀਅਰ ਕੀਤਾ ਹਸਬੰਡ ਵਾਈਫ ਦੋਵਾਂ ਦਾ ਵੀਜ਼ਾ ਲੱਗ ਕੇ ਆ ਸੋ ਇਹ ਕੋਈ ਪੱਥਰ ਤੇ ਲਕੀਰ ਨਹੀਂ ਆ ਕਿ ਤੁਹਾਡਾ ਵਿਆਹ 2 ਸਾਲ ਜਾਂ 3 ਸਾਲ ਪੁਰਾਣਾ ਹੋਵੇ ਤਾਂ ਹੀ ਆਸਟ੍ਰੇਲੀਆ ਸਪਾਊਸ ਨਾਲ ਜਾਇਆ ਜਾ ਸਕਦਾ ਕੇਵਲ ਔਰ ਕੇਵਲ ਜ਼ਿਆਦੀ ਰਿਸ਼ਤੇ ਦੀ ਜੈਨੂਨੈਸ ਜ਼ਰੂਰੀ ਆ ਉਹ ਕਿੰਨੇ ਨਾਲ ਜੇ ਮੀਆਂ بیوی ਰਾਜੀ ਤੇ ਫਿਰ ਕੀ ਕਰੂਗਾ ਕਾਜੀ ਸੋ ਜੇ ਤੁਹਾਡੇ ਵਿਆਹ ਦੀ ਅਗਰ ਜੈਨੂਨੈਸ ਤੁਸੀਂ ਇਹ ਸਾਬਤ ਕਰ ਸਕਦੇ ਹੋ ਤੁਹਾਡੇ ਵਿੱਚ ਮੀਆਂ بیوی ਵਾਲਾ ਰਿਲੇਸ਼ਨਸ਼ਿਪ ਬਿਲਡ ਅਪ ਹੋ ਚੁੱਕਾ ਇੱਕੋ ਛੱਤ ਥੱਲੇ ਤੁਸੀਂ ਰਹਿ ਰਹੇ ਹੋ ਕੋ ਘਰ ਪਰਿਵਾਰ ਚ ਰਹਿ ਰਹੇ ਹੋ ਤੇ ਵਿਆਹ ਪੁਰਾਣਾ ਹੋਣਾ ਜ਼ਰੂਰੀ ਨਹੀਂ ਹੁਣ ਉਨੀ ਸਪਾਊਸ ਦੀ ਗ੍ਰੈਜੂਏਸ਼ਨ ਜਾਂ ਸਪਾਊਸ ਦੀ ਪੜਾਈ ਦੀ ਗੱਲ ਹੁਣ ਅਗਰ ਲੜਕੀ ਗ੍ਰੈਜੂਏਟ ਹੈ ਮੁੰਡਾ ਅਗਰ 10ਵੀਂ ਫੇਲ ਵੀ ਹੈ ਜਾਂ ਅੰਗੂਠਾ ਚਾਪ ਵੀ ਹੈ ਤਾਂ ਵੀ ਵੀਜ਼ਾ ਮਿਲ ਸਕਦਾ ਪਰ ਅੰਬੈਸੀ ਦਾ ਯੂਨੀਵਰਸਿਟੀ ਮਾਫੀ ਚੋਣਾ ਯੂਨੀਵਰਸਿਟੀ ਕਹਿੰਦੀ ਹੈ ਅੱਜ ਇੱਕ ਗ੍ਰੈਜੂਏਟ ਸਟੂਡੈਂਟ 10ਵੀਂ ਪੜ੍ਹੇ ਬੰਦੇ ਨਾਲ ਵਿਆਹ ਕਿਉਂ ਕਰੂਗਾ ਮੈਂ ਪੰਜਾਬ ਦੇ ਵਿੱਚ ਰਵਾਜ ਹੈ ਅਗਰ ਮੁੰਡੇ ਕੋਲ ਜ਼ਮੀਨ ਜਦਾ ਚੰਗੀ ਹੈ ਤਾਂ ਮੁੰਡੇ ਦੀ ਐਜੂਕੇਸ਼ਨ ਨਹੀਂ ਦੇਖੀ ਜਾਂਦੀ ਇਹ ਸਟੋਰੀ ਹੈ ਇਹ ਇਹ ਪ੍ਰਚਲਨ ਹੈ ਸਾਡੇ ਪੰਜਾਬ ਦੇ ਵਿੱਚ ਸੋ ਅਗਰ ਵਿਆਹ ਤੁਹਾਡਾ ਜਨੂਨ ਹੈ ਤੁਹਾਡੇ ਕੋ ਰਿਸ਼ਤਿਆਂ ਦੇ ਪ੍ਰੋਪਰ ਪ੍ਰੂਫ ਹੈ ਫਿਰ ਸਪਾਊਸ ਦੀ ਕੁਆਲਿਫੀਕੇਸ਼ਨ ਮੈਟਰ ਨਹੀਂ ਕਰਦੀ ਸਿਰਫ ਔਰ ਸਿਰਫ ਸਟੂਡੈਂਟ ਸ਼ੁਡ ਬੀ ਗ੍ਰੈਜੂਏਟ ਹੁਣ ਗ੍ਰੈਜੂਏਸ਼ਨ ਤੋਂ ਬਾਅਦ ਤੁਹਾਡਾ 4 ਤੋਂ 5 ਸਾਲ ਦਾ ਅਗਰ ਗੈਪ ਹੈ ਤੁਹਾਡੇ ਕੋਲ ਜੌਬ ਦੇ ਪ੍ਰੋਪਰ ਪ੍ਰੂਫ ਹੈਗੇ ਨੇ ਯੂ ਆਰ ਐਲੀਜੀਬਲ ਫਾਰ ਮਾਸਟਰਸ ਹੁਣ ਗੱਲ ਕਰਦੇ ਆ ਅਕੈਡੈਮਿਕ ਸਕੋਰ ਕਿੰਨੇ ਚਾਹੀਦੇ ਆ ਆਇਲਟਸ ਕਿੰਨੇ ਚਾਹੀਦੇ ਆ ਆਇਲਟਸ ਓਵਰঅল 6.5 ਨੋਟ ਲੈਸ ਦੈਨ 6 ਹਾਂ ਇੱਕਾ ਦੁੱਕਾ ਯੂਨੀਵਰਸਿਟੀ ਜੂਰ ਹੋਣਗੀਆਂ ਲੈਵਲ 2 ਦੀਆਂ ਜਿਹੜੀਆਂ 1 ਮੋਡੂਲ 5.5 ਬੈਂਡ ਵੀ ਲੈ ਰਹੀਆਂ ਬਟ ਓਵਰਲ ਜੇ ਮੈਂ ਗੱਲ ਕਰਾਂ ਮਾਸਟਰਸ ਡਿਗਰੀ ਦੀ ਰਿਕੁਆਇਰਮੈਂਟ ਹੈ ਓਵਰਲ 6.5 ਬੈਂਡ ਨੋਟ ਲੈਸ ਦੈਨ 6 ਹੁਣ ਲਾਸਟ ਕੁਆਲੀਫਿਕੇਸ਼ਨ ਜੋ ਤੁਹਾਡੀ ਗ੍ਰੈਜੂਏਸ਼ਨ ਆ ਉਹਦੇ ਚ ਅਗਰ ਤੁਹਾਡੇ 60% ਨੰਬਰ ਆ ਤਾਂ 42 ਦੀਆਂ 42 ਯੂਨੀਵਰਸਿਟੀਆਂ ਐਡਮਿਸ਼ਨ ਦੇਣ ਨੂੰ ਤਿਆਰ ਹਨ ਪਰ ਕੁਝ ਕੁ ਯੂਨੀਵਰਸਿਟੀ 55 ਪਰਸੈਂਟੇਜ ਨਾਲ ਵੀ ਐਡਮਿਸ਼ਨ ਦਿੰਦੀਆਂ ਨੇ ਸੋ ਅਗਰ ਮਿਨਿਮ ਰਿਕੁਆਇਰਮੈਂਟ ਦੀ ਗੱਲ ਕਰਾਂ ਤਾਂ ਅਕੈਡੈਮਿਕ ਰਿਕੁਆਇਰਮੈਂਟ ਸ਼ੁੱਡ ਬੀ ਨਾਟ ਲੈਸ ਦੈਨ 55 ਪਰਸੈਂਟ ਇਨ ਯੂਰ ਗ੍ਰੈਜੂਏਸ਼ਨ ਆਇਲਸ ਓਵਰঅল 6.5 ਨਾਟ ਲੈਸ ਦੈਨ 5.5 ਇਨ 1 ਮੋਡਿਊਲ ਅਗਰ ਆਇਲਸ ਬੈਂਡ ਦੀ ਗੱਲ ਕਰਾਂ ਸੋ ਪਰਸੈਂਟੇਜ ਦੀ ਗੱਲ ਕੀਤੀ ਗੈਪ ਦੀ ਗੱਲ ਕੀਤੀ ਜਸਟੀਫਿਕੇਸ਼ਨ ਦੀ ਗੱਲ ਕੀਤੀ ਆਇਲ ਸਕੋਰ ਦੀ ਗੱਲ ਕੀਤੀ ਆਹ ਤਿੰਨ ਦੇ ਪੈਰਾਮੀਟਰਸ ਦੇ ਬੇਸ ਤੇ ਫਰਦਰ ਮਾਸਟਰਸ ਕੋਰਸ ਐਡਮਿਸ਼ਨ ਮਿਲਦੀ ਹੈ 2 ਸਾਲ ਦੀ ਦੋਸਤੋ ਮਾਸਟਰ ਡਿਗਰੀ ਹੈ ਔਰ ਨਵੇਂ ਰੂਲ ਦੇ ਮੁਤਾਬਕ 2 ਸਾਲ ਤੋਂ ਬਾਅਦ ਜਿਹੜਾ ਤੁਹਾਨੂੰ ਵਰਕ ਪਰਮਿਟ ਮਿਲਦਾ ਹੈ ਉਹ 2 ਸਾਲ ਦਾ ਵਰਕ ਪਰਮਿਟ ਤੇ ਮਿਲਦਾ ਮਿਲਦਾ ਸੀ ਪਹਿਲਾਂ ਬਟ ਉਹ ਹੁਣ ਤੁਸੀਂ 4 ਸਾਲ ਦਾ ਵਰਕ ਪਰਮਿਟ ਲੈ ਸਕਦੇ ਹੋ 2 ਸਾਲ ਦਾ ਫਿਰ ਫਰਦਰ ਅੱਗੇ ਐਕਸਟੈਂਡੇਬਲ ਸੋ ਪੜ੍ਹਾਈ ਤੋਂ ਬਾਅਦ ਹੁਣ ਦੋ ਨਹੀਂ 4 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਿਆ ਜਾ ਸਕਦਾ ਨਵੇਂ ਕਾਨੂੰਨ ਦੇ ਮੁਤਾਬਕ ਸੋ ਛੇੜੀਆ ਬੜੀ ਵਧੀਆ ਓਪਰਚੁਨਿਟੀ ਹੈ ਬੜੀ ਵਧੀਆ ਆਪਸ਼ਨ ਹੈ ਫੋਰ ਗ੍ਰੈਜੂਏਟ ਸਟੂਡੈਂਟਸ ਜਿਹੜੇ ਮਾਸਟਰਸ ਕੋਰਸ ਕਰਨਾ ਚਾਹੁੰਦੇ ਆ ਜਾਇ ਹੋਇਆ ਆਪਦੇ ਸਪਾਊਸ ਆਪਦੇ ਪਰਿਵਾਰ ਆਪਦੇ ਬੱਚਿਆਂ ਨਾਲ ਲੈ ਕੇ ਜਾਣਾ ਚਾਹੁੰਦੇ ਆ ਪਰ ਡਿਗਲ ਦਾ ਖਿਆਲ ਰੱਖਿਓ ਦੋਸਤੋ ਆਲ 6 ਬੈਂਡ ਤੋਂ ਘੱਟ ਪਲਾਈ ਨਾ ਕਰਨਾ ਅਕੈਡੈਮਿਕ ਸਕੋਰ 55% ਤੋਂ ਘੱਟ ਨਾ ਹੋਵੇ ਤੇ ਜਦੋਂ ਗ੍ਰੈਜੂਏਸ਼ਨ ਕੀਤੀ ਆ ਅੱਜ ਤੱਕ ਫਰਵਰੀ 2022 ਤੱਕ ਤੇ ਤੁਹਾਡੇ ਕੋਲ ਪੂਰੇ ਜਸਟੀਫਿਕੇਸ਼ਨ ਦੇ ਪ੍ਰੂਫ ਨੇ ਤਾਂ ਵੀਜ਼ਾ 100% ਲੱਗੇਗਾ ਅਗਰ ਇਹਨਾਂ ਚੁੱਕ ਇੱਕੀ ਚੀਜ਼ ਘੱਟ ਤਾਂ 19% ਦੇ ਵੀਜ਼ੇ ਸਕਸੈਸ ਰੇਟ ਦੀ ਘਟੌਣੀ ਸ਼ੁਰੂ ਕਰ ਦਿਓ ਆਰਐਸ ਗੋਪਲ ਤੁਹਾਨੂੰ ਦੇ ਰਿਹਾ 100% ਸਫਲਤਾਦਾਰ ਕਿਉਂ ਕਿ ਕਿ ਆਸਟ੍ਰੇਲੀਆ ਦੇ ਵਿੱਚ ਮੈਲਬਨ 'ਚ ਦਫਤਰ ਹੈ ਮਾਰਾ ਏਜੰਟ ਇਮੀਗੇਸ਼ਨ ਲਾਇਰ ਦੀ ਟੀਮ ਬੈਠੀ ਹੈ ਪਹਿਲਾਂ ਹੀ ਕੇਸ ਨੂੰ ਪੂਣੇ ਛਾਣ ਕੇ ਲਿਆ ਜਾਂਦਾ ਜੇ ਕੇਸ 'ਚ ਕਮੀ ਹੈ ਪਹਿਲੇ ਸਟੂਡੈਂਟ ਸਮਝਾਤਾ ਜਾਂਦਾ ਨਹੀਂ ਤੁਹਾਨੂੰ ਇਸ ਕੰਟਰੀ 'ਚ ਐਲੀਜੀਬਿਲਟੀ ਨਹੀਂ ਬਣਦੀ ਤੁਸੀਂ ਇਸ ਕੰਟਰੀ 'ਚ ਅਪਲਾਈ ਕਰ ਲਓ ਪਰ ਉਦੋਂ ਗਰਾਰੀ ਫਸਦੀ ਹੈ ਜਦੋਂ ਬੱਚਾ ਕਹਿੰਦਾ ਜੀ ਮੇਰੇ ਬੈਂਡ ਵੀ 5.5 ਹੈ ਪੜ੍ਹਾਈ 'ਚ ਗੈਪ ਵੀ 4 ਸਾਲ ਦਾ ਹੈ ਜਾਣਾ ਵੀ ਆਸਟ੍ਰੇਲੀਆ ਹੈ ਉਦੋਂ ਫਿਰ ਜਦੋਂ ਬੱਚੇ ਨੂੰ ਨਾ ਕੀਤੀ ਜਾਂਦੀ ਆ ਬੱਚਾ ਕਿਸੇ ਹੋਰ ਦਫ਼ਤਰ ਚ ਉਹਨੂੰ ਆਪਣਾ ਦਫ਼ਤਰ ਸਮਝ ਕੇ ਆਪਣਾ بڑا ਸੂਝਵਾਨ ਕੰਸਲਟੈਂਟ ਸਮਝ ਕੇ ਵੀਜ਼ਾ ਅਪਲਾਈ ਕਰਦਾ ਪੱਲੇ ਰਿਫਿਊਜ਼ਲ ਆਰਡਰ ਪੈਂਦੀ ਹੈ ਨਾਲ 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਪੈਂਦਾ ਉਦੋਂ ਚੇਤਾ ਆਉਂਦਾ ਸਰਦਾਰ ਨੇ ਗੱਲ ਸੱਚੀ ਕਹੀ ਸੀ ਕਿਉਂਕਿ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਸਾਡਾ YouTube ਚੈਨਲ ਤੁਹਾਨੂੰ ਘਰੇ ਬੈਠੇ ਮੋਬਾਈਲ ਫੋਨ ਦੇ ਜ਼ਰੀਏ ਸਿਆਣੇ ਕਰਨ ਦੀ ਕੋਸ਼ਿਸ਼ ਕਰਦਾ ਦੋਸਤੋ ਬਾਕੀ ਫਿਰ ਵੀ ਵੀਡੀਓ ਦੇਖ ਕੇ ਆਪਣੇ ਆਪ ਨੂੰ ਸਿਆਣਾ ਨਹੀਂ ਕਰ ਪਾਰੇ ਅਪਡੇਟ ਐਜੂਕੇਟ ਨਹੀਂ ਕਰ ਪਾਰੇ ਤਾਂ ਗਲਤੀ ਸਿਰਫ ਤੁਹਾਡੀ ਆਪਣੀ ਹੈ ਚੰਗੀ ਲੱਗੀ ਵੀਡੀਓ ਦੋਸਤਾਂ ਤੱਕ ਜ਼ਰੂਰ ਸ਼ੇਅਰ ਕਰਿਓ ਪਿਛਲੀ ਵੀਡੀਓ ਜ਼ਰੂਰ ਵੇਖਿਓ ਜਿਹੜੇ 12ਵੀਂ ਪਾਸ ਸਟੂਡੈਂਟ ਨੇ ਅੱਜ ਦੀ ਵੀਡੀਓ ਸਿੱਖੀ ਸਪਾਊਸ ਵਾਲੇ ਬੱਚਿਆਂ ਲਈ ਇੱਕ ਜਾਂਦੇ ਜਾਂਦੇ ਗੱਲ ਰਹਿ ਗਈ ਫੰਡ ਫੰਡ ਕਿੰਨੇ ਚਾਹੀਦੇ ਹੈ ਮਾਸਟਰਸ ਕੋਰਸ ਪੜਨ ਚੱਲੇ ਹੋ ਤਕਰੀਬਨ 28 ਤੋਂ 30 ਲੱਖ ਰੁਪਏ ਫੰਡ ਚਾਹੀਦੇ ਹੈ ਅਗਰ ਸਿੰਗਲ ਸਟੂਡੈਂਟ ਅਪਲਾਈ ਕਰ ਰਿਹਾ ਹੈ ਅਗਰ ਸਪਾਊਸ ਦੇ ਨਾਲ ਅਪਲਾਈ ਕਰ ਰਹੇ ਹੋ ਤਾਂ 35 ਤੋਂ 40 ਲੱਖ ਰੁਪਏ ਦੇ ਫੰਡ ਚਾਹੀਦੇ ਹੈ ਜੇ ਬੱਚਾ ਨਾਲ ਅਪਲਾਈ ਕਰ ਰਿਹਾ ਤਾਂ 42 ਤੋਂ 4 7 ਤੋਂ 10 ਲੱਖ ਰੁਪਏ ਦੇ ਫੰਡ ਨਾਲ ਲੋੜਿੰਦੇ ਨੇ ਹੁਣ ਯੂਨੀਵਰਸਿਟੀ ਇਸ ਵਿੱਚ ਤੁਸੀਂ ਫੰਡ 1 ਮਹੀਨਾ ਪੁਰਾਣੇ ਲਗਾਓ ਜਾਂ 3 ਮਹੀਨੇ ਪੁਰਾਣੇ ਲਗਾਓ ਇਹ ਯੂਨੀਵਰਸਿਟੀ ਟੂ ਯੂਨੀਵਰਸਿਟੀ ਐਲੀਜੀਬਿਲਟੀ ਕਰਾਈਟਰੀਆ ਤੇ ਡਿਪੈਂਡ ਕਰਦਾ ਬਟ ਅੰਬੈਸੀ ਕਦੇ 3 ਮਹੀਨੇ ਜਾਂ 4 ਮਹੀਨੇ ਜਾਂ ਮਹੀਨਾ ਪੁਰਾਣੇ ਫੰਡ ਦੀ ਡਿਮਾਂਡ ਨਹੀਂ ਕਰਦੀ ਯੈਸ ਤੁਹਾਡੇ ਫੰਡ ਬਿਲਕੁਲ ਨਵੇਂ ਨੇ ਤੁਸੀਂ ਸੋਰਸ ਆਫ ਫੰਡ ਲਗਾ ਕੇ ਆਪਦਾ ਵੀਜ਼ਾ 100% ਕਨਫਰਮ ਕਰ ਸਕਦੇ ਹੋ ਵੈਸੇ ਵੀ ਅਸੈਸਮੈਂਟ ਲੈਵਲ 1 ਦੇ ਵਿੱਚ ਯੂਨੀਵਰਸਿਟੀ ਵਿੱਚ ਅੰਬੈਸੀ ਦੇ ਟਾਈਮ ਫੰਡ ਲਗਾਉਣ ਦੀ ਲੋੜ ਨਹੀਂ ਬਟ ਮੈਂ ਗੱਲ ਕਦੇ ਨਹੀਂ ਕਹੂੰਗਾ ਕਿ ਤੁਸੀਂ ਫੰਡ ਨਾ ਲਗਾਓ ਆਪਦੇ ਫੰਡ ਅੰਬੈਸੀ ਤੇ ਨਾਲ ਲਗਾ ਕੇ ਆਪਦੇ ਵੀਜ਼ੇ ਦੀ ਚਾਂਸਸ ਜੂਰ ਵਧਾਈ ਜਾ ਸਕਦੇ ਤੁਸੀਂ ਪਲੱਸ 2 ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ ਦੋਨਾਂ ਪ੍ਰੋਫਾਈਲਸ ਦੇ ਲਈ ਦੋਨੋਂ ਵੀਡੀਓ ਵਿੱਚ ਪੂਰਾ ਡਿਟੇਲ ਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਫਿਰ ਵੀ ਕੋਈ ਜਾਣਕਾਰੀ ਦੂਰੀ ਰਹੀ ਹੈਗੀ ਸਾਨੂੰ ਕਮੈਂਟ ਬਾਕਸ ਜਾ ਕੇ ਆਪਣਾ ਫੀਡਬੈਕ ਜ਼ਰੂਰ ਦਿਓ ਤਾਂ ਕਿ ਮੈਂ ਅਗਲੀ ਵੀਡੀਓ ਬਣਾ ਕੇ ਤੁਹਾਨੂੰ ਉਸ ਜਾਣਕਾਰੀ ਦਾ ਹਿੱਸਾ ਰ ਬਣਾ ਸਕਾਂ ਵੀਡੀਓ ਚੰਗੀ ਲੱਗੀ ਦੋਸਤਾਂ ਪਿਆਰ ਭਰਮ ਤੱਕ ਜੂ ਸ਼ੇਅਰ ਕਰਿਓ ਇੱਕ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗਾ ਤਦ ਤੱਕ ਜੀਉਂਦੇ ਵਾਸਤੇ ਰੱਬ ਰਾਖਾ ਸਤਿ ਸ਼੍ਰੀ ਅਕਾਲ